लगे जी कि या रसूल अल्लाह मैं आवां सियासी नारा नहीं है ए वज़नी नारा है ते ए ही ओ नारा है जेड़ा कब्र च भी कम आना ते कल लशर च भी कम आना ए मुसलमानों दा ईमान है ए रूह नाल वफा भी दसदा है किन्ना क वफादार है जी जी ते जेड़े जेड़े रसूल अल्लाह नाल वफादार ने या हुजूर नाल वफा करना चंद है ਮੁੜ ਵੀ ਅਗਾਂਹ ਤੁਰ ਪੈਂਦੇ
50 ਸ਼ਹੀਦ ਵੀ ਕਰਾ ਲੈਂਦੇ ਫਿਰ ਵੀ ਸਕੂਨ ਨਹੀਂ ਹੁੰਦਾ, ਫਿਰ ਵੀ ਗੱਲ ਇੱਥੇ ਸੀਨੇ ਤਾੜ ਕੇ ਪਿੜ ਵਿੱਚ ਖੜੇ ਰਹਿੰਦੇ। ਇਹਦਾ ਨਾ ਇਸ਼ਕ ਆਪ ਅਗਰ ਟੁਰ ਪਈਆਂ ਅੱਗੋ ਚੰਦ ਸਾਬਾ ਹੋਰ ਮਿਲੇ ਆਖਦੀਆਂ ਨੇ ਕਿ ਹਜ਼ੂਰ ਦਾ ਕੀ ਹਾਲ। ਆਪ ਫਰਮਾਉਂਦੇ ਨੇ ਤੁਹਾਡੇ ਖਾਮਦ ਵੀ ਸ਼ਹੀਦ। ਉਹਨਾਂ ਆਖਿਆ ਮੈਂ ਇਹ ਗੱਲ ਹੀ ਨਹੀਂ ਪੁੱਛੀ, ਮੈਨੂੰ ਦੱਸੋ ਰਸੂਲੁੱਲਾ ਦਾ ਕੀ ਹਾਲ। ਫਿਰ ਤੈਨੂੰ ਸਬਰ ਕੋਈ ਨਾ ਆਇਆ, ਉਹਨਾਂ ਦੱਸਿਆ ਵੀ ਹਜ਼ੂਰ ਠੀਕ ਨੇ ਆ ਤਸਵੀਰ ਲਿਆ ਰਹੇ ਲੇਕਿਨ ਸਬਰ ਕੋਈ ਨਾ ਆਇਆ। ਅਗਾਂ ਕਈਆਂ ਤੇ ਉਹਨਾਂ ਆਖਿਆ ਪੁੱਛਿਆ ਹਜ਼ੂਰ ਕਿੱਥੇ ਨੇ, ਹਜ਼ੂਰ ਤਸਵੀਰ ਲਿਆ ਰਹੇ ਨੇ ਕਿ ਨਹੀਂ ਲਿਆ ਰਹੇ, ਆਪ ਠੀਕ ਨੇ ਕਿ ਨਹੀਂ ਠੀਕ। ਉਹ ਫਰਮਾਨਾ ਜੀ ਤੁਹਾਡਾ ਬੇਟਾ ਵੀ ਸ਼ਹੀਦ। ਆਪਨੇ ਆਖਿਆ ਉਹ ਗੱਲ ਹੀ ਨਹੀਂ ਪੁੱਛੀ, ਮੈਨੂੰ ਰਸੂਲੁੱਲਾ ਦੀ ਗੱਲ ਦੱਸੋ, ਮੇਰੇ ਨਬੀ ਦੀ ਮੈਨੂੰ ਗੱਲ ਦੱਸੋ। ਆਪ ਫਰਮਾਨਾ ਜੀ ਹਜ਼ੂਰ ਠੀਕ ਠਾਕ ਨੇ ਆਪ ਤਸਵੀਰ ਲਿਆ ਰਹੇ ਲੇਕਿਨ ਦਿਲ ਆਈ ਨਾ ਮੁਤਮਿਨ ਨਾ, ਜਿੰਨਾ ਚਿਰ ਹਜ਼ੂਰ ਦਾ ਮੁਬਾਰਕ ਚਿਹਰਾ ਵੇਖਣਾ ਨਹੀਂ ਉਹਨਾਂ ਚਿਰ ਮੁਤਮਿਨ ਹੋਣਾ ਨਹੀਂ। ਆਪ ਅਗਰ ਟੁਰ ਪਈਆਂ ਅੱਗੇ ਹਜ਼ੂਰ ਖੁਦ ਤਸ਼ਰੀਫ ਲਿਆ ਰਹੇ, ਹੁਣ ਚਾਰ ਹੀ ਰਿਸ਼ਤੇ ਨਾ ਜੀ ਹਰ ਔਰਤ ਦੇ ਕਿ ਚਾਰ ਹੀ ਵੱਡੇ ਰਿਸ਼ਤੇ ਨਾ, ਪਿਓ ਵੀ ਸ਼ਹੀਦ ਹੋ ਗਿਆ, ਭਰਾ ਵੀ ਸ਼ਹੀਦ ਹੋ ਗਿਆ, ਖਾਵਦ ਵੀ ਸ਼ਹੀਦ ਹੋ ਗਿਆ, ਪੁੱਤਰ ਵੀ ਸ਼ਹੀਦ ਹੋ ਗਿਆ। ਜਦੋਂ ਹਜ਼ੂਰ ਦੀ ਜ਼ਿਆਰਤ ਕੀਤੀ ਨਾ ਆਪ ਦੇ ਦਿਲ ਨੂੰ ਸਕੂਨ ਆਇਆ, ਸੁਭਾਨ ਅੱਲਾਹ, ਤੇ ਹਜ਼ੂਰ ਤਾਜ਼ੀਅਤ ਕਰਨ ਲੱਗੇ ਇਮਾਮ ਅਲੰਬੀਆ। ਇਹ ਵੇਖੋ ਜਿਹੜੇ ਬਾਬਾ ਜੀ ਫਰਮਾਉਂਦੇ ਸਨ ਨਾ ਇਸ਼ਕ ਆਪਣੇ ਫੈਸਲੇ ਕਰਨ ਨੂੰ ਮੈਂ ਖੁਦ ਬੜਾ ਦਲੇਰ। ਗੱਲ ਕੀ ਕੀਤੀ ਆਪ ਨੇ, ਚਾਰੇ ਰਿਸ਼ਤੇ ਸ਼ਹੀਦ ਹੋ ਗਏ ਨੇ, ਅੱਗੋਂ ਆਪ ਜਵਾਬ ਕੀ ਦੇ ਰਹੀਆਂ ਨੇ, ਹਜ਼ੂਰ ਤਾਜ਼ੀਅਤ ਕਰਨ ਲੱਗੇ ਨਾ ਆਪ ਜਵਾਬ ਕੀ ਦੇ ਰਹੀਆਂ। ਆ ਫਰਮਾਉਂਦੀਆਂ ਨਹੀਂ 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 ਯਾ ਰਸੂਲੱਲਾ ਗੱਲ ਇੰਜ ਨਹੀਂ, ਗੱਲ ਇਹ ਕਿ ਯਾ ਰਸੂਲੱਲਾ ਜਦੋਂ ਤੁਸੀਂ ਸਾਡੇ ਵਿੱਚ ਮੌਜੂਦ ਹੋ ਕੋਈ ਪਰੇਸ਼ਾਨੀ ਸਾਨੂੰ ਪਰੇਸ਼ਾਨ ਕਰ ਸਕਦੀ ਹੈ, ਸਾਰਾ ਕੁਝ ਆਪਣਾ ਕੁਰਬਾਨ ਰਸੂਲੱਲਾ ਤੇ ਕਰ ਛੱਡਿਆ। ਫਿਰ ਫਰਮਾਰੀਆਂ ਯਾ ਰਸੂਲੱਲਾ ਜਦੋਂ ਤੁਸੀਂ ਸਾਡੇ ਵਿੱਚ ਮੌਜੂਦ ਹੋ ਸਾਨੂੰ ਕਿਸ ਗੱਲ ਦੀ ਪਰੇਸ਼ਾਨੀ। ਇਹ ਉਦੋਂ ਦਾ ਇਮਾਨ ਹੈ ਔਰਤਾਂ ਦਾ, ਬੱਚਿਆਂ ਦਾ ਇਮਾਨ ਹੈ। ਹਜ਼ਰਤ ਉਮਰ ਫਾਰੂਕ ਰਜ਼ੀਅੱਲਾਹੁ ਤਾਲਾ ਅਨਹੁ ਆਪ ਦੇ ਮੁਬਾਰਕ ਦੌਰ ਵਿੱਚ ਬੱਚੇ ਖੇਡ ਰਹੇ, ਗੇਂਦ ਬੈਟ ਕਰ ਲਓ ਜਾਂ ਜੋ ਵੀ ਉਹ ਗੇਂਦ ਉਹ ਡਿੱਗ ਪਿਆ ਯਹੂਦੀ ਦੇ ਘਰ, ਬੱਚਿਆਂ ਜਾ ਕੇ ਬੂਹਾ ਖੜਕਾਇਆ, ਉਹਨਾਂ ਆਖਿਆ ਜਨਾਬ ਏ ਗੇਂਦ ਦੇ ਛੱਡੋ, ਉਹਨੇ ਆਖਿਆ ਕੋਈ ਨਹੀਂ ਦੇਣੀ। ਬੱਚੇ ਆਖਦੇ ਨੇ ਤੈਨੂੰ ਰਸੂਲੁੱਲਾ ਦਾ ਵਾਸਤਾ ਹੀ ਸਾਨੂੰ ਗੇਂਦ ਦੇ ਚਾ, ਉਹਨੇ ਆਖਿਆ ਬੱਚੇ ਇੰਨੇ ਖੈਰ ਏ ਉਹਨੂੰ ਤਾਂ ਨਹੀਂ ਸੀ ਪਤਾ ਵਾ ਏਡੇ ਗੈਰਤ ਵਾਲੇ ਆਉਣ ਦੇ ਗੈਰਤ ਵਾਲਿਆਂ ਦੇ। ਉਹਨੇ ਤਾਂ ਸਾਨੂੰ ਸਮਝਿਆ ਵਾ ਜਿਹੋ ਜਿਹਾ ਬੇਗੈਰਤ ਮੈਂ ਆ ਇੰਜੇ ਦੇ ਇਮਾਮ ਉਲੰਬੀਆ ਦੇ ਕਲਮਾ ਪੜ੍ਹਨ ਵਾਲੇ ਹੋਣੇ, ਪਰ ਅਲੇਂ ਤੇ ਨਹੀਂ ਹੋ ਸਕਦਾ। ਹਜ਼ੂਰ ਦੇ ਹੋਣ ਉਹਦੀ ਕਲਮਾ ਰਸੂਲੁੱਲਾ ਦਾ ਪੜ੍ਹਨ ਵਾਲੇ ਹੋਣ ਫਿਰ ਹਜ਼ੂਰ ਦੀ ਗੱਲ ਆਵੇ ਤੇ ਬਰਦਾਸ਼ਤ ਕਰ, ਇੰਜ ਨਹੀਂ ਹੋ ਸਕਦਾ। ਉਹਨੇ ਜਿਸ ਵੇਲੇ ਬਕਵਾਸ ਕੀਤਾ ਨਾ ਬੱਚਿਆਂ ਹੋਏ ਡੰਡੇ ਲਏ ਤੇ ਕੁੱਟ ਕੁੱਟ ਕੇ ਤਾਂ ਮਾਰ ਛੱਡਿਆ। ਇਹ ਕੇਸ ਤੁਰ ਗਿਆ ਹਜ਼ਰਤ ਉਮਰ ਫਾਰੂਕ ਰਜ਼ੀਅੱਲਾਹ ਤਾਲਾ ਨੂੰ ਆਪ ਦੀ ਬਾਰਗਾਹ ਵਿੱਚ। ਆਪ ਨੇ ਪੁੱਛਿਆ ਬੱਚਿਆਂ ਕੋਲੋਂ ਵੀ ਪੁੱਤਰ ਤੁਸੀਂ ਕਿਉਂ ਮਾਰਿਆ ਇਹਨੂੰ, ਉਹਨਾਂ ਦੱਸਿਆ ਵੀ ਹਜ਼ੂਰ ਇਹਨੇ ਸਾਡੇ ਨਬੀ ਦੇ ਬਾਰੇ ਬਕਵਾਸ ਕੀਤਾ ਤੇ ਸਾਡੀ ਗੈਰਤ ਗਵਾਰਾ ਨਹੀਂ ਕੀਤਾ, ਕਿਉਂ ਉਹਨਾਂ ਨੂੰ ਪਤਾ ਸੀ ਮਨ ਸੱਬਾ ਨਬੀਅਨ ਅੱਲਾਹੁ ਕੇ ਮਨ ਸੱਬਾ ਨਬੀਅਨ ਮਨ ਸੱਬਾ ਨਬੀਅਨ ਸਾਡੀ ਗੈਰਤ ਨੇ ਗਵਾਰਾ ਨਹੀਂ ਕੀਤਾ, ਸਾਡੇ ਨਬੀ ਦੇ ਬਾਰੇ ਬਕਵਾਸ ਕਰੇ ਤੇ ਮੁੜੇ ਸਾਹ ਵੀ ਲਵੇ ਇਸ ਦੁਨੀਆ ਤੇ, ਅਸੀਂ ਵੀ ਹੋਈਏ ਜ਼ਿੰਦਾ ਤੇ ਇਹ ਵੀ ਜ਼ਿੰਦਾ ਰਵੇ, ਇਹ ਨਹੀਂ ਹੋ ਸਕਦਾ, ਅਸੀਂ ਤਾਂ ਇਹਨੂੰ ਮਾਰ ਛੱਡਿਆ। ਆਪ ਬੜਾ ਮੁਸਕਰਾਏ, ਹਜ਼ਰਤ ਉਮਰ ਫਾਰੂਕ ਬੜੇ ਖੁਸ਼ ਹੋਏ। ਆਪ ਨੇ ਫਰਮਾਇਆ ਅੱਜ ਇਮਾਨ ਮੁਕੰਮਲ ਹੋਇਆ, ਇਮਾਨ ਦੀ ਨਿਸ਼ਾਨੀ ਆਪ ਨੇ ਨਹੀਂ ਫਰਮਾਈ, ਮੁਸਲਮਾਨ ਨਵਾਜ਼ਾ ਵਾਲੀਆਂ ਪੜਨ ਲੱਗ ਪੈਣ, ਰੋਜ਼ੇ ਵਾਲੇ ਰੱਖਣ ਲੱਗ ਪੈਣ। ਇਹ ਤੇ ਗੱਲ ਪਤਾ ਨਹੀਂ ਕਬੂਲ ਹੋਈ ਹੈ ਜਾਂ ਨਹੀਂ, ਇਹ ਤੇ ਨਹੀਂ ਹੈ ਨਾ ਜੀ, ਨਮਾਜ਼ ਪੜ੍ਹੀ ਇਹ ਪਤਾ ਨਹੀਂ ਹੋਈ ਹੈ ਜਾਂ ਨਹੀਂ, ਰੋਜ਼ੇ ਰੱਖੇ ਪਤਾ ਕਬੂਲ ਹੋਇਆ ਜਾਂ ਨਹੀਂ ਹੋਇਆ। ਲੇਕਿਨ ਬਜ਼ੁਰਗ ਫਰਮਾਉਂਦੇ ਨੇ ਦਰੂਦ ਸ਼ਰੀਫ ਐਸੀ ਇਬਾਦਤ ਹੈ ਜਿੱਥੇ ਪੜੋ ਜਿਸ ਵੇਲੇ ਪੜੋ ਕਬੂਲ ਹੀ ਕਬੂਲ। ਸੁਭਾਨ ਅੱਲਾਹ ਸੁਭਾਨ ਅੱਲਾਹ ਤੇ ਹਜ਼ੂਰ ਦੀ ਗੈਰਤ ਵੇਖੋ ਇਸ ਤੋਂ ਵੀ ਅੱਗੇ। ਮੁਜੱਦਦ ਅਲਫਸਾਨੀ ਫਰਮਾਉਂਦੇ ਨੇ ਲੱਖ ਵਾਰੀ ਪੜ ਦਰੂਦ ਸ਼ਰੀਫ, ਇੱਕ ਵਾਰੀ ਨਹੀਂ, 10 ਵਾਰੀ ਨਹੀਂ, 100 ਵਾਰੀ ਨਹੀਂ, ਲੱਖ ਵਾਰੀ ਦਰੂਦ ਸ਼ਰੀਫ ਪੜ, ਇੱਕ ਦਿਨ ਵਿੱਚ ਪੜ। ਜੇ ਤੈਨੂੰ ਪਤਾ ਲੱਗ ਜਾਏ ਹਜ਼ੂਰ ਦੀ ਗੁਸਤਾਖੀ ਹੋ ਗਈ, ਤੈਨੂੰ ਪਤਾ ਲੱਗ ਜਾਏ ਵੀ ਕਿਸੇ ਸਾਡੇ ਨਬੀ ਦੇ ਬਾਰੇ ਬਕਵਾਸ ਕੀਤਾ ਤੇ ਤੇਰੇ ਕੌੜ ਨਾ ਲੱਗੇ, ਤੇਰਾ ਖੂਨ ਗਰਮ ਕੋਈ ਨਾ ਹੋਵੇ, ਤੇਰੇ ਗੁੱਸਾ ਨਾ ਆਵੇ। ਮੁਜੱਦਦ ਅਲਫਸਾਨੀ ਫਰਮਾਉਂਦੇ ਨੇ ਲੱਖ ਵਾਰੀ ਪੜਿਆ ਵੀ ਤੇਰੇ ਮੂੰਹ ਤੇ ਮਾਰਿਆ ਜਾਏਗਾ, ਦਬਾਓ ਨਿਕਲ ਸਾਡੀ ਬਾਰਗਾਹ ਚ ਬਾਹਰ, ਇਹਦੇ ਕੀ ਲੈਣਾ ਹੈ। ਇਮਾਮ ਤੇ ਰਸੂਲ ਦੀ ਜ਼ਾਤ
ਹਜ਼ੂਰ ਨਾਲ ਵਫਾ ਹੋਣੀ ਹੈ ਤੇ ਉਸ ਤੋਂ ਬਾਅਦ ਸਾਰਾ ਕੁਝ ਕਬੂਲ ਹੋਣਾ ਤੇ ਜੇ ਇਹ ਨਰੀਆਂ ਬਾਤਾਂ ਤੇ ਬਹਿ ਜਾਵੇ ਤੇ ਇਬਲੀਸ ਦੀਆਂ ਥੋੜੀਆਂ ਇਲਮ ਇਬਲੀਸ ਕੋਲ ਥੋੜਾ ਪਹਿਲੋ ਹਜ਼ੂਰ ਨਾਲ ਵਫਾ ਹੈ ਤੇ ਫਿਰ ਜਿਹਨੇ ਵਫਾ ਰਸੂਲ ਨਾਲ ਕਰਨੀ ਲਾਮਾ ਇਕਬਾਲ ਗੱਲ ਦੱਸ ਗਿਆ ਕਿ ਮੁਹੰਮਦ ਸੇ ਵਫਾ ਤੁਮਨੇ ਤੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੈ ਕਿ ਅੱਲਾਹ ਕਲਮ ਤੇਰੇ ਹੈ ਪਹਿਲਾਂ ਰਸੂਲ ਨਾਲ ਵਫਾ ਕਰਨੀ ਪੈਣੀ ਉਹ ਹੁਣ ਅਸੀਂ ਕਰਨੀ ਬੜਾ ਹੋ ਗਿਆ ਅੱਗੇ ਅੱਜ ਦੀ ਤਾਜ਼ਾ ਇੱਕ ਰਿਪੋਰਟ ਇੱਕ ਦੁਸ਼ਮਣੀ ਉਹਨੇ ਬੰਦੇ ਨੇ ਮਾਰਿਆ 35 ਫੈਰ ਮਾਰੇ ਨੇ ਹਜ਼ੂਰ ਦੇ ਫਰਮਾਨ ਕਿ ਮੇਰਾ ਉਮਤੀ ਜਿੱਥੇ ਵੀ ਹੈ ਉਹਨੂੰ ਕੰਡਾ ਵੀ ਚੁੱਕੇ ਤੇ ਮੈਨੂੰ ਤਕਲੀਫ ਹੁੰਦੀ ਤੇ ਉਮਤੀ ਐਡੀ ਬੇਗੈਰਤ ਹੋ ਗਿਆ ਫਰਾਂ ਚ ਫਾਕੇ ਬਣ ਜਾਣ ਤੋਂ ਉਮਤੀ ਨੂੰ ਗੈਰਤ ਨਾ ਆਏ ਕਿਸ ਗੱਲ ਦਾ ਅਸੀਂ ਕਰਮਾ ਪੜਿਆ ਕਬਰ ਚ ਅਸੀਂ ਕੀ ਜਵਾਬ ਦੇਣਾ ਕਬਰ ਚ ਪਹਿਲੇ ਸਵਾਲਾਂ ਚ ਇਹ ਹੋਣਾ ਦੱਸੋ ਐ ਰਸੂਲ ਅੱਲਾ ਤਸ਼ਰੀਫ ਫਰਮਾ ਕੀ ਵਫਾ ਇਹਨਾਂ ਨਾਲ ਕਰਕੇ ਆਇਆ ਨਮਾਜ਼ ਰੋਜ਼ੇ ਵਾਲੇ ਸਵਾਲ ਤੇ ਹੋਣੇ ਜਿਹੜੇ ਤੋਂ ਬਾਅਦ ਲੇਕਿਨ ਅਸੀਂ ਉਹ ਬਣਾਇਆ ਬਸ ਜੀ ਸਲਾਹੀ ਤਕਰੀਰ ਕਰੇ ਸਲਾਹੀ ਤਕਰੀਰ ਕਰੇ ਪਹਿਲਾਂ ਇਮਾਨੀ ਤਕਰੀਰ ਕਰੇ ਬਹੁਤ ਦਿਲ ਬਣਾ ਕੇ ਰੱਖ ਛੱਡਿਆ ਮੁਸਲਮਾਨਾਂ ਨੂੰ ਦਲੇਰ ਉਹ ਨਹੀਂ ਹੁੰਦਾ ਜਿਹਦੇ ਕੋਲ ਬੰਦੂਕਾਂ ਵਾਲੀਆਂ ਦਲੇਰ ਉਹ ਨਹੀਂ ਜਿਹਦੇ ਕੋਲ ਮੁਰੱਬੇ ਵਾਲੇ ਦਲੇਰ ਉਹ ਨਹੀਂ ਜਿਹਦੇ ਕੋਲ ਗੱਡੀਆਂ ਵਾਲੀਆਂ ਲਾਮਾ ਇਕਬਾਲ ਨੇ ਫੈਸਲਾ ਕਰ ਗਿਆ ਦਲੇਰ ਕੌਣ ਲਾਮਾ ਇਕਬਾਲ ਲੱਗਦਾ ਵੀ ਦਲੇਰ ਹੈ ਹੀ ਉਹ ਜਿਹਦੇ ਸੀਨੇ ਚ ਇਸ਼ਕ ਮੁਸਤਫਾ ਹੈ ਇਸ਼ਕ ਮੁਸਤਫਾ ਜ਼ਿੰਦਾਬਾਦ 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 ਇਸ਼ਕ ਮੁਸਤਫਾ ਹੀ ਹੈ ਮੁਕਾਬਲੇ 1,000 ਬੰਦਾ ਮੁਕਾਬਲੇ 8 ਤਲਵਾਰਾਂ 313 ਬੰਦੇ ਤੇ 8 ਤਲਵਾਰਾਂ 1,000 ਬੰਦਾ ਕਿਵੇਂ ਲੜਿਆ ਕਿਸੇ ਪੁੱਛਿਆ ਯਾਰ ਸੁਣ ਅੱਲਾ ਕਿਵੇਂ ਲੜਨਾ ਕਿਸੇ ਗੱਲ ਨਹੀਂ ਕੀਤੀ ਲੇਕਿਨ ਹੁਣ ਸਾਨੂੰ ਤੇ ਹਜ਼ੂਰ ਨੇ ਪੁੱਛਦੇ ਸੁਣਾਏ ਜਾਂਦੇ ਉਹ ਜੀ ਹਜ਼ੂਰ ਨੇ ਆਪਣਾ ਮੁਬਾਰਕ ਹੱਥ ਰੱਖਿਆ ਵਿੱਚ ਚਸ਼ਮਾ ਨਿਕਲਿਆ ਬਿਲਕੁਲ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਚਸ਼ਮਾ ਨਿਕਲਿਆ ਲੇਕਿਨ ਉਸੇ ਮੁਬਾਰਕ ਹੱਥ ਚ ਹਜ਼ੂਰ 27 ਜੰਗਾਂ ਵਿੱਚ ਤਲਵਾਰ ਫੜ ਕੇ ਵੀ ਗਏ ਉਹ ਕਿਸੇ ਨੇ ਦੱਸਿਆ ਇਮਾਮ ਉਲ ਅੰਬੀਆ ਨਾਲ ਵੱਡੀ ਦੁਆ ਕੀਤੀ ਏ ਹਜ਼ੂਰ ਘਰ ਬਹਿ ਕੇ ਦੁਆ ਕਰਨ ਤੇ ਕੀ ਨਹੀਂ ਹੋ ਸਕਦਾ ਕਾਇਨਾਤ ਲੇਕਿਨ ਰਸੂਲ ਅੱਲਾ 27 ਜੰਗਾਂ ਵਿੱਚ ਕਿਉਂ ਤਸ਼ਰੀਫ ਲੈ ਕੇ ਗਏ ਇਹ ਕੋਈ ਦੱਸਣਾ ਕਿਉਂਕਿ ਅੱਗੇ ਲੱਗਣਾ ਪੈਣਾ ਅੱਗੇ ਲੱਗਣ ਤੇ ਬੜਾ ਔਖਾ ਹੁੰਦਾ ਪਰਚੇ ਵੀ ਚੱਲਣੇ ਜੇਲ ਵੀ ਜਾਣਾ ਪੈਣਾ ਬਾਬਾ ਜੀ ਗਏ ਕਿ ਨਹੀਂ ਗਏ ਮਾਜ਼ੂਰੀ ਦੀ ਹਾਲਤ ਹੈ 6 ਮਹੀਨੇ ਜੇਲ 'ਚ ਰਹਿ ਕੇ ਆਏ ਠੰਡਾ ਕੰਬਲ ਦਿੰਦੇ ਰਹੇ ਭੇਜ ਕੇ ਸਰਦੀਆਂ ਵਿੱਚ ਲੇਕਿਨ ਉਫ ਨਹੀਂ ਕੀਤੀ ਕਿਉਂਕਿ ਗੱਲ ਰਸੂਲ ਅੱਲਾ ਦੀ ਆਪਣੀ ਜ਼ਾਤ ਦੀ ਗੱਲ ਹੋਵੇ ਤੇ 1 ਮਿੰਟ ਵੀ ਬਰਦਾਸ਼ਤ ਨਹੀਂ ਹੁੰਦੀ ਜੇ ਗੱਲ ਰਸੂਲ ਅੱਲਾ ਦੀ ਹੋਵੇ ਤਾਂ ਮੌਲਾਨਾ ਕਫਾਇਤ ਅਲੀ ਕਾਫੀ ਦੀ ਗੱਲ ਅੱਗੇ ਇਲਾਮਾ ਸਾਹਿਬ ਤੁਹਾਨੂੰ ਸੁਣਾ ਛੱਡੀ ਇਸਤਰੀਆਂ ਫੇਰ ਕੇ ਮਰਚਾਂ ਲਾ ਕੇ ਮੁੱਝ ਦਾ ਲਿਬਾਸ ਪਾ ਕੇ ਵੀ ਸਵੇਰੇ ਜੇ ਥੋੜੇ ਜਾਣ ਲੱਗੇ ਸੀ ਐਂ ਬਾਹਾਂ ਖਿਲਾਰ ਕੇ ਤਖਤਾਦਾਰ ਵਾਲਾ ਐਂ ਬਾਹਾਂ ਖਿਲਾਰ ਕੇ ਕਿਹੜੀ ਸ਼ੈ ਉਹ ਇਸ ਕੇ ਮੁਸਤਫਾ ਹੈ ਜਿਹੜੀ ਬੰਦੇ ਨੂੰ ਦਲੇਰ ਕਰਦੀ ਤੇ ਹੁਣ ਮਿਹਰਬਾਨੀ ਕਰਕੇ ਤੁਸੀਂ ਵੀ ਸਾਰੇ ਉੱਠ ਜਾਓ ਸਾਰਾ ਕੁਫਰ ਇਕੱਠਾ ਹੋ ਗਿਆ ਇਸ ਗੱਲ ਉੱਤੇ ਕਿ ਅਸੀਂ ਇਹਨਾਂ ਦੇ ਨਬੀ ਦੀ ਬੇਇੱਜ਼ਤੀ ਕਰਨੀ ਗੁਸਤਾਖੀ ਕਰਨੀ ਪਹਿਲੋਂ ਹਾਲੈਂਡ ਵਾਲਿਆਂ ਕਰਕੇ ਬਣਾਏ ਫਿਰ ਫਰਾਂਸ ਵਾਲਿਆਂ ਬਣਾ ਲਏ ਬਰਤਾਨੀਆ ਵਾਲੇ ਸਾਡੇ ਨਬੀ ਦੇ ਘਰ ਤੇ ਫਿਲਮਾਂ ਬਣਾ ਛੱਡੀਆਂ ਫਰਾਂਸ ਵਾਲਿਆਂ ਹਜ਼ੂਰ ਦਾ ਕੁਰਾਨ ਸਾੜਨਾ ਸ਼ੁਰੂ ਕਰ ਛੱਡਿਆ ਤੇ ਕਿਹੜੇ ਜਾਣੇ ਸਾਨੂੰ ਗੈਰਤ ਆਉਣੀ ਹੈ ਇਸ ਤੋਂ ਦੇਖਾਂ ਗੱਲ ਹੀ ਕਿਉਂ ਨਹੀਂ ਮੁਸਲਮਾਨਾਂ ਕੋਲ ਆਖਰੀ ਗੱਲ ਹਜ਼ੂਰ ਦੀ ਦਾਤ ਹੈ ਆਖਰੀ ਗੱਲ ਸਿਰਫ ਰਸੂਲ ਅੱਲਾ ਦੀ ਦਾਤ ਹੈ ਇਸ ਤੋਂ ਕਹਿੰਦੇ ਗੱਲ ਹੀ ਕੋਈ ਨਹੀਂ ਬੇਅਮਲ ਮੁਸਲਮਾਨ ਹੋ ਸਕਦਾ ਹੈ ਬੇਨਮਾਜ਼ੀ ਹੋ ਸਕਦਾ ਹੈ ਲੇਕਿਨ ਆਪਣੇ ਨਬੀ ਦਾ ਗੱਦਾਰ ਨਹੀਂ ਤੇ ਨਾ ਹੁਣ ਅਸਾਂ ਕਰਨੀ ਆਪਣੇ ਨਬੀ ਨਾਲ ਹੁਣ ਅਸਾਂ ਗੱਦਾਰੀ ਕੋਈ ਨਹੀਂ ਕਰਨੀ ਕਰਬਲਾ ਵਿੱਚ 3 ਕਿਰਦਾਰ ਸਨ ਇੱਕ ਹੁਸੈਨੀ ਦੂਜਾ ਯਜ਼ੀਦੀ ਤੇ ਤੀਜਾ ਇੱਕ ਕੂਫੀ ਦੱਸੋ ਅਸਾਂ ਕੀ ਬਣਨਾ
ਹੁਸੈਨੀ ਉਹ ਆਣ ਜਿਹੜੇ ਹਜ਼ਰਤ ਇਮਾਮ ਹੁਸੈਨ ਨਾਲ ਖੜੇ ਆ, ਯਜ਼ੀਦੀ ਉਹ ਆਣ ਜਿਹੜੇ ਯਜ਼ੀਦ ਨਾਲ ਖੜੇ, ਕੂਫੀ ਉਹ ਆਣ ਜਿਹੜੇ ਆਦੇ ਨਾਮ ਵੀ ਅਸਕੇ ਰਸੂਲ ਹੈ। ਅਸੀਂ ਵੀ ਮਿਲਾਦ ਦੀ ਮਹਿਫਲ ਕਰਾਉਂਦੇ ਹਾਂ, ਅਸੀਂ ਵੀ ਜਨਾਬ ਲੰਗਰ ਪਕਾਉਂਦੇ ਹਾਂ, ਅਸੀਂ ਵੀ ਉਮਰਾ ਕਰਕੇ ਆਏ ਹਾਂ, ਲੇਕਿਨ ਜਦੋਂ ਹਜ਼ਰਤ ਇਮਾਮ ਹੁਸੈਨ ਸਾਹਮਣੇ ਸ਼ਹੀਦ ਹੋ ਰਹੇ ਸਨ ਤੇ ਉਹਨਾਂ ਦੀ ਗੈਰਤ ਗਵਾਰਾ ਨਹੀਂ ਕੀਤੀ, ਮੈਂ ਜਾ ਕੇ ਮਰ ਲਵੀ ਅਸੀਂ ਵੀ ਨਾਲ, ਪਰ ਖਲੋ ਕੇ ਤਮਾਸ਼ਾ ਵੇਖਦੇ ਰਹੇ ਹਜ਼ਰਤ ਇਮਾਮ ਹੁਸੈਨ ਦਾ, ਆਪਦੀ ਸ਼ਹਾਦਤ ਦਾ ਤਮਾਸ਼ਾ ਵੇਖਦੇ ਰਹੇ। ਕਿਆ ਅਸੀਂ ਵੀ ਇਹੀ ਕਰਨਾ ਭਾਈ? ਅੱਕ ਵਾਲੇ ਜਦੋਂ ਬਾਹਰ ਆ ਜਾਣ ਉਦੋਂ ਪੁੱਛੋ ਲੈ ਕੇ ਗੱਲਾਂ ਕਰੀਏ। ਉਹ ਜੀ ਖਲੋਂਦੇ ਨੀ ਸਨ ਜੀ, ਬੜਾ ਡੱਕਿਆ ਜੀ, ਮੰਦੇ ਹੀ ਨਹੀਂ, ਅੱਖ ਹੀ ਨੀ ਲੱਗਦੇ, ਬੜੇ ਡਾਡੇ। ਤੇ ਕੀ ਹੋ ਗਿਆ ਬੜੇ ਡਾਡੇ, ਆਏ ਨੀ ਖੜੇ ਸੀ? ਆਖਦੇ ਸੀ ਸਾਧ ਰਿਜ਼ਕ ਕੋ ਨਹੀਂ ਛੋੜਾ ਜਾ ਸਕਦਾ, ਮੁੜ ਕਿਉਂ ਛੱਡਿਆ? ਨਾ ਛੱਡਦੇ ਨਾ, ਅੱਲਾ ਪਾਕ ਸਾਰਿਆਂ ਨੂੰ ਦਲੀਲ ਕੀਤਾ ਕਿ ਨਹੀਂ ਕੀਤਾ? ਪਹਿਲੋ ਰੱਬ ਨੇ ਠੁਕਾਇਆ, ਮੈਂ ਕੋਲ ਕੋਲ ਚਟਾਇਆ। ਅੱਲਾ ਬੜਾ ਬੇਨਿਆਜ਼ ਹੈ, ਨਮਰੂਦ ਆਏ ਨਾ ਬੜਾ ਮਗਰੂਰ, ਬੜਾ ਤਕੱਬਰ ਉਹਦੇ। ਰੱਬ ਫਰਮਾਂਦਾ ਹੈ ਮੱਛਰ ਕੋਲ ਮਰਵਾਇਆ ਤੇ ਮੱਛਰ ਵੀ ਸਾਬਤ ਨਹੀਂ ਲੰਗੜਾ, ਕਿੱਥੇ ਨਮਰੂਦ ਤੇ ਕਿੱਥੇ ਲੰਗੜਾ ਮੱਛਰ? ਫਿਰ ਨਿਰਾ ਇੰਜ ਨਹੀਂ, ਫਿਰ ਪੈਸੇ ਦਿੰਦਾ ਸੀ ਵਾ ਮੇਰੇ ਸਿਹਰੇ ਚ ਲੁੱਤਰ ਮਾਰ। ਅੱਲਾ ਐਡਾ ਬੇਨਿਆਜ਼ ਹੈ, ਰੱਬ ਦੇ ਘਰ ਉਡਾਣੇ ਵਾਸਤੇ ਹਾਥੀ ਲੈ ਕੇ ਆ ਗਏ। ਹਾਥੀ ਹੁਣ ਬਜ਼ਾਰ ਵੱਡਾ ਜਾਨਵਰ ਹੈ, ਵਜ਼ਨ ਵੱਲੋਂ ਵੀ ਜਿਸਾਮਤ ਵੱਲੋਂ ਵੀ ਵੱਡਾ ਜਾਨਵਰ ਹੈ। ਤੇ ਰੱਬ ਨੇ, ਰੱਬ ਚਾਹੁੰਦਾ ਤੇ ਕੋਈ ਹੋਰ ਸ਼ਾ ਮੁਕਾਬਲੇ ਚਾਹ ਸਕਦੀ ਸੀ, ਰੱਬ ਨੇ ਆਖਿਆ ਨਹੀਂ ਨਹੀਂ, ਇੰਜ ਜ਼ਲੀਲ ਨਹੀਂ ਹੋਣੇ। ਅੱਲਾ ਪਾਕ ਨੇ ਏਡੇ ਏਡੇ ਬਬੀਲ ਕੱਲੇ ਤੇ ਮਰਿਆ ਅਬਾਬੀਲਾਂ ਨਾਲ ਨਹੀਂ ਹਾਥੀ, ਅਬਾਬੀਲਾਂ ਦੇ ਮੂੰਹ ਵਿੱਚ ਜਿਹੜੇ ਕੰਕਰ ਆਉਣਾ, ਏਡਾ ਸਾਰਾ ਪਰਿੰਦਾ ਹੋਵੇ ਤਾਂ ਉਹਦੇ ਮੂੰਹ 'ਚ ਕਿੱਡਾ ਕੰਕਰ ਹੋਣਾ? ਅੱਲਾ ਏਡਾ ਬੇਨਿਆਜ਼। ਇਹ ਜਨਾਬ ਸਾਰੀਆਂ ਫੋਰਸਾਂ ਨਾਲ, ਮੀਡੀਆ ਨਾਲ, ਬਾਹਰ ਵਾਲੀਆਂ ਏਜੰਸੀਆਂ ਨਾਲ, ਅੰਦਰ ਵਾਲੀਆਂ ਏਜੰਸੀਆਂ ਨਾਲ, ਲੇਕਿਨ ਰੱਬ ਨੇ ਸਿਰਫ ਇੱਕ ਲੱਬੈਕ ਦੇ ਨਾਲ ਉਹਨਾਂ ਨੂੰ ਦਲੀਲ ਕਰਕੇ, ਜਿਹੜੇ ਉੱਥੇ ਬੰਦੇ ਸੀ ਜਿਹੜੇ ਲਾਹੌਰ ਟੁਰੇ ਵਜ਼ੀਰਾਬਾਦ ਤੋਂ, ਨਹੀਂ ਸਿਰਫ ਇੱਕ ਲੱਬੈਕ ਦਾ ਨਾਰਾ ਹੀ ਸੀ ਨਾ ਉਹਨਾਂ ਕੋਲ, ਹੋਰ ਤਾਂ ਕੋਈ ਸ਼ਾਇਦ ਇੰਨਾ ਡੰਡਾ ਵੀ ਨਹੀਂ ਨਾ ਲੱਭਾ, ਚੁਰੀ ਤੱਕ ਨਹੀਂ ਲੱਭੀ। ਆਖਦੇ ਨੇ ਦਹਿਸ਼ਤਗਰਦ ਨੇ, ਦਹਿਸ਼ਤਗਰਦ ਨੇ, ਦਹਿਸ਼ਤਗਰਦੀ ਸਾਡੀ ਸਿਰਫ ਇਤਨੀ ਹੈ, ਇਹ ਚਾਹੁੰਦੇ ਨੇ ਮੁਸਲਮਾਨ ਆਪਸ ਚ ਲੜਨ, ਇੱਕ ਆਖੇ ਜੀ ਉਹ ਬਾਬੀ ਏ, ਦੂਜਾ ਕਿ ਉਹ ਸ਼ੀਆ, ਉਹ ਕਾਫਰ ਏ, ਉਹ ਕਾਫਰ ਏ, ਉਹ ਕਾਫਰ ਏ, ਇੱਕ ਦੂਜੇ ਨੂੰ ਵੱਢਣ। ਇਹ ਬੜੇ ਖੁਸ਼ ਨੇ, ਨਾ ਕੋਈ ਪਰਚਾ ਹੋਵੇਦਾ, ਨਾ ਕੋਈ ਡਿੱਗੀ ਵੇਦਾ, ਨਾ ਕੋਈ ਮਸਲਾ ਬਣੇਦਾ। ਤੇ ਜੇ ਆਖੀਏ ਬਈ ਇਹ ਕਾਫਰ ਜਿਹੜੇ ਨੇ ਹਜ਼ੂਰ ਦੇ ਗੁਸਤਾਖ ਏ, ਅਸਾਂ ਵੱਢਣੇ ਨੇ, ਹੁਣ ਆਖਦੇ ਨਹੀਂ ਨਹੀਂ ਇਹ ਦਹਿਸ਼ਤਗਰਦ। ਮੁਸਲਮਾਨ ਆਪਸ ਇੱਕ ਦੂਜੇ ਨੂੰ ਵੱਢਣ ਤੇ ਕੋਈ ਤਕਲੀਫ਼ ਨਹੀਂ ਉਹਨਾਂ ਨੂੰ। ਤੇ ਜੇ ਅਸੀਂ ਆਖੀਏ ਅਸੀਂ ਆਪਣੇ ਮੁਲਕ ਹੀ ਨਿਜ਼ਾਮੇ ਮੁਸਤਫਾ ਲਿਆਉਣਾ, ਹੁਣ ਆਖਦੇ ਨੇ ਦਹਿਸ਼ਤਗਰਦੀ ਕਰ ਰਹੇ, ਇਹ ਦਹਿਸ਼ਤਗਰਦੀ ਤੇ ਹੋਣੀ ਹੈ ਇਨਸ਼ਾਅੱਲਾ। ਰਸੂਲ ਅੱਲਾ ਦੇ ਨਾਮ ਤੇ ਕਰੇ ਦਹਿਸ਼ਤਗਰਦੀ ਹੈ ਨਾ, ਇਹ ਦਹਿਸ਼ਤਗਰਦੀ ਅਸੀਂ ਹਰ ਵੇਲੇ ਕਰੇ ਇਨਸ਼ਾਅੱਲਾ। ਇਹ ਮੁਲਕ ਰਸੂਲ ਅੱਲਾ ਦਾ ਗੁਲਾਮਾ ਬਣਾਇਆ, ਤੇ ਰਸੂਲ ਅੱਲਾ ਦੇ ਗੁਲਾਮਾ ਵਾਸਤੇ ਬਣਾਇਆ, ਇੱਥੇ ਅਸੀਂ ਰਹਿਣਾ ਅੱਜ ਵੀ, ਕੱਲ ਵੀ ਇੱਥੇ ਅਸੀਂ ਰਹਿਣਾ, ਨਾ ਕੋਈ ਅੰਗਰੇਜ਼ ਰਹਿਣਾ ਤੇ ਨਾ ਉਹਨਾਂ ਦੇ ਬੂਟ ਚੱਕਣ ਵਾਲੇ ਰਹਿਣਾ। ਇਹ ਹਜ਼ੂਰ ਦੇ ਗੁਲਾਮਾਂ ਲੱਖਾਂ ਕੁਰਬਾਨੀਆਂ ਦਿੱਤੀਆਂ, ਇੱਕ ਸਦੀ ਲੱਗੀ ਮੁਸਲਮਾਨਾਂ ਨੂੰ ਇਹ ਮੁਲਕ ਬਣਾਉਣ ਲੱਗਿਆ, ਇੱਕ ਸਦੀ 90 ਸਾਲ ਮੁਸਲਮਾਨ ਕੁਰਬਾਨੀਆਂ ਦਿੰਦੇ ਰਹੇ ਇਸ ਮੁਲਕ ਵਾਸਤੇ, ਕਲਮਾ ਕਲਮੇ ਦੀ ਬੁਨਿਆਦ ਉੱਤੇ ਮੁਲਕ ਬਣਿਆ, ਇਸ ਮੁਲਕ ਵਿੱਚ ਅਸੀਂ ਨਿਜ਼ਾਮ ਮੁਸਤਫਾ ਲਿਆ ਕੇ ਛੱਡ ਲਿਆਉਣਾ ਕਿ ਨਹੀਂ ਜੀ? ਸਾਦੀ ਜੀ ਹੁਣ ਤੁਹਾਡੇ ਨਾਲ ਇੱਕ ਸਾਦਾ ਜਿਹਾ ਮੁਕਾਬਲਾ, ਇੱਕ ਬੰਦਾ ਤੁਹਾਡੇ ਕੋਲ ਆਉਂਦਾ, ਕੋਈ ਆ ਜੇ, ਕੋਈ ਚੌਧਰੀ ਆ ਜੇ, ਕੋਈ MP MLA ਆ ਜੇ, ਉਹ ਦੁਆਨਾ ਆਖਦਾ ਜੀ ਅਸੀਂ ਇਹ ਮੁਲਕ ਸੋਨੇ ਦਾ ਬਣਾ ਦੇਣਾ, ਅਸੀਂ ਤੁਹਾਨੂੰ ਲਾ ਕੇ ਆਖਦੇ ਹਾਂ ਅਸੀਂ ਇੱਥੇ ਹਜ਼ੂਰ ਦਾ ਦੀਨ ਲਿਆਉਣਾ, ਕਿਹੜਾ ਬਾਰੇ ਸਾਰਿਆਂ ਦੀ ਇਹ ਰਾਏ ਮਰਨਾ ਹੈ ਜੇ ਕੋਈ ਨਾ, ਜਿਹੜੇ ਨਹੀਂ ਵੀ ਬੋਲਦੇ ਇੱਥੇ ਰਹਿਣਾ, ਰੋਜ਼ ਜਨਾਜ਼ੇ ਪੜ੍ਹੀ ਦੇਣਾ, ਸਾਨੂੰ ਦਫਨਾ ਕੇ ਨਹੀਂ ਮਹਿਸੂਸ ਹੁੰਦਾ ਮੈਂ ਇਸੇ ਮਰਨਾ ਸੀ, ਮੈਂ ਕਿਹੜਾ ਮਰਨਾ ਤੇ ਮਰਨਾ ਸਾਂ ਵੀ ਕਬਰ ਤੇ ਜਵਾਬ ਅਸਾਂ ਵੀ ਦੇਣਾ, ਅਸੇ ਰੇਤ ਲਿੱਤਰ ਸਾਨੂੰ ਵੀ ਪਾਉਣਾ। ਅੱਜ ਅਗਰ ਰਸੂਲ ਅੱਲਾ ਨਾਲ ਵਫਾ ਕਰ ਲਈਏ ਤੇ ਕਬਰ ਦੀ ਵੀ ਬਚਤ ਹੋ ਜਾਣੀ ਹੈ, ਦਹਿਸ਼ਤ ਦੀ ਬਚਤ ਹੋ ਜਾਣੀ। ਇੱਕ ਬੰਦਾ ਆ ਕੇ ਆਖਦਾ ਵਾ ਮੈਂ ਸੋਨੇ ਦਾ ਮੁਲਕ ਬਣਾ ਦਿੰਦਾ, ਤੋ ਮੈਂ ਜਨਾਬ ਤੁਹਾਡੀਆਂ ਗਲੀਆਂ ਤੇ ਮਕਾਨ ਹਰ ਸ਼ਾ ਸੋਨੇ ਦੀ ਬਣਾ ਦਿੰਦਾ। ਇੱਕ ਬੰਦਾ ਆਖਦਾ ਵਾ ਮੈਂ ਸਿਰਫ ਹਜ਼ੂਰ ਦਾ ਦੀਨ ਤੁਹਾਨੂੰ ਲਿਆ ਕੇ ਦੇਣਾ ਹੈ, ਕਿਹੜਾ ਬਾਰੇ ਚ? ਉਹ ਬਾਣੀਆਂ ਗਲੀਆਂ ਨਾਲੇ ਗਟਰ ਤੇ ਉਹ ਦੂਰ ਰਹਿ ਗਈਆਂ ਨਾ ਗੱਲਾਂ, ਸੋਨੇ ਦਾ ਮੁਲਕ ਵੀ ਬਣਾ ਕੇ ਦੇਵੇ ਤੇ ਤਾਂ ਵੀ ਸਾਨੂੰ ਹਜ਼ੂਰ ਦਾ ਦੀਨ ਮਾਰੇ, ਸਾਨੂੰ ਸੋਨੇ ਦਾ ਮੁਲਕ ਨਹੀਂ ਚਾਹੀਦਾ, ਸਾਨੂੰ ਰਸੂਲ ਅੱਲਾ ਦਾ ਦੀਨ ਚਾਹੀਦਾ, ਜਿਹਦੇ ਵਾਸਤੇ ਮੁਲਕ ਬਣਿਆ।
ਬੋਲੇ ਕਿ ਰਸੂਲ ਅੱਲਾਹ ਦੇ ਦੀਨ ਵਾਸਤੇ ਬਣਿਆ, ਨਿਜ਼ਾਮੇ ਮੁਸਤਫਾ ਵਾਸਤੇ ਬਣਿਆ। ਇਹ ਦੱਸੋ ਆਪਣੀ ਇਮਾਨਦਾਰੀ ਨਾਲ, ਜਿਹੜੇ ਬੰਦੇ ਇੰਡੀਆ ਵਿੱਚ ਉੱਥੇ ਵਾੜੀਆਂ ਕੋਈ ਨਹੀਂ ਬਣੀ ਆ, ਗਟਰ ਕੋਈ ਨਹੀਂ ਬਣੇ, ਆ ਸੋਲੰਗ ਤੁਹਾਡਾ ਪਟਿਆ ਪਿਆ ਉੱਥੇ ਕੋਈ ਨਹੀਂ ਸੋਲੰਗ ਬਣੇ। ਬੜੀਆਂ ਸੋਹਣੀਆਂ ਸੜਕਾਂ, ਵੱਡੀਆਂ ਵੱਡੀਆਂ ਬਿਲਡਿੰਗਾਂ ਨੇ, ਜੇ ਪਾਕਿਸਤਾਨ ਚ ਇੰਨੀਆਂ ਬਿਲਡਿੰਗਾਂ ਨਹੀਂ ਬਣੀਆਂ ਜਿਹੜੀਆਂ ਇੰਡੀਆ ਚ। ਪੂਰੀ ਦੁਨੀਆਂ ਦੀ ਸਾਰਿਆਂ ਨਾਲ ਵੱਡੀ ਹਿਜਰਤ ਹੋਈ ਹੈ 1947 ਜਿਹੜੀ ਹੋਈ ਹੈ, ਜਿਹੜਾ ਮੁਲਕ ਹੈ ਪਾਕਿਸਤਾਨ ਬਣਿਆ, ਇਹ ਸਿਰਫ ਨਿਜ਼ਾਮ ਮੁਸਤਫਾ ਵਾਸਤੇ। ਸੁਭਾਨ ਅੱਲਾਹ, ਗੱਲ ਤਾਂ ਸਾਰਿਆਂ ਨੂੰ ਸਮਝ ਆ ਗਈ ਹੈ ਤੇ ਹੁਣ ਕਰਨਾ ਤੁਸੀਂ ਕੀ ਹੈ? ਵੋਟ ਦੇ ਕੇ ਨਿਜ਼ਾਮ ਮੁਸਤਫਾ ਲਿਆਉਣਾ ਜਾਂ ਜਦੀਦਾਰ ਕੰਮ ਕਰਨਾ? ਹਜ਼ਰਤ ਇਮਾਮ ਹੁਸੈਨ ਨੂੰ ਜਦੀਦ ਆਖਦਾ ਸੀ ਕਿ ਮੇਰੀ ਬੈਤ ਕਰੋ, ਬੈਤ ਦਾ ਮਤਲਬ ਅਲਮ ਸਾਹਿਬ ਕੀ ਹੈ ਜੀ? ਉਹ ਆਖਦਾ ਸੀ ਵਾ ਮੇਰੀ ਹਮਾਇਤ ਕਰੋ, ਪਰ ਜਿਹਦੇ ਜ਼ਹਿਰੀ ਗੱਲ ਹੈ ਹਜ਼ਰਤ ਇਮਾਮ ਹੁਸੈਨ ਹੋ ਜਾਣਾ, ਸਾਰੀ ਉਮਤ ਉਹਦੇ ਨਹੀਂ ਹੋ ਜਾਣੀ। ਲੇਕਿਨ ਆਪ ਨੇ ਫਰਮਾਇਆ ਜ਼ਾਲਮ ਦੀ ਹਮਾਇਤ ਨਹੀਂ ਕਰਨੀ, ਜਿਹੜਾ ਦੀਨ ਦਾ ਦੁਸ਼ਮਣ ਹੈ ਉਹਦੀ ਹਮਾਇਤ ਨਹੀਂ ਕਰਨੀ। ਆਪਣੀ ਇਮਾਨਦਾਰੀ ਨਾਲ ਦੱਸੋ, ਜਿਹੜਾ ਮੇਰੇ ਪਿਓ ਦਾ ਗੁਸਤਾਖ ਹੈ, ਤੁਹਾਡੇ ਪਿਓ ਦਾ ਗੁਸਤਾਖ ਹੈ, ਉਹਦੇ ਨਾਲ ਤੁਸੀਂ ਬੋਲੋਗੇ? ਨਹੀਂ। ਜਿਹੜਾ ਤੁਹਾਡੇ ਪਿਓ ਨੂੰ ਗਾਲਾਂ ਕੱਢੇ ਉਹਦੇ ਨਾਲ ਬੋਲੋਗੇ? ਨਹੀਂ। ਜਿਹੜਾ ਉਹਦੇ ਨਾਲ ਬਵੇ ਉਹਦੇ ਨਾਲ ਬੋਲੋਗੇ? ਨਹੀਂ। ਇਹ ਹੁਕਮਰਾਨ ਸਾਰੇ ਸਾਡੇ ਨਬੀ ਦੇ ਗੁਸਤਾਖਾਂ ਨਾਲ ਜਾ ਕੇ ਪੰਦੇ, ਸਾਡੀ ਇਹਨਾਂ ਨਾਲ ਕਿਸ ਗੱਲ ਦੀ ਰਿਸ਼ਤੇਦਾਰੀ? ਸਾਨੂੰ ਆਪਣੇ ਮਾਂ ਪਿਓ ਦੀ ਇਤਨੀ ਗੈਰਤ ਹੈ, ਸਾਨੂੰ ਇਹ ਗਵਾਰਾ ਨਹੀਂ ਜਿਹੜਾ ਸਾਡੇ ਮਾਂ ਪਿਓ ਨੂੰ ਗਾਲਾਂ ਕੱਢੇ ਉਹਦੇ ਨਾਲ ਜਾ ਕੇ ਬਗੀਏ, ਉਹਨਾਂ ਦੇ ਯਾਰਾਂ ਨਾਲ ਵੀ ਅਸੀਂ ਨਹੀਂ ਪਾਉਂਦੇ ਜਿਹੜੇ ਰਸੂਲullah ਦੇ ਗੁਸਤਾਖ ਨੇ ਹੁਕਮਰਾਨ ਸਾਰੇ ਉਹਨਾਂ ਕੋਲ ਜਾ ਕੇ ਮੰਗਦੇ। ਸਾਡੀ ਨਾਲ ਕੋਈ ਰਿਸ਼ਤੇਦਾਰੀ ਹੈ? ਨਹੀਂ। ਇਹ ਪੱਕੀ ਗੱਲ ਹੈ, ਇਹਦੇ ਕੋਲ ਲੰਮੀ ਚੌੜੀ ਗੱਲ ਨਹੀਂ। ਮੁਫਤੀ ਸਾਹਿਬ ਇੱਕ ਘੰਟਾ ਤਕਰੀਰ ਕੀਤੀ ਤੇ ਤੁਹਾਡੇ ਕੋਲ ਵੀ ਜਿਹੜਾ ਵੋਟ ਮੰਗਣ ਆਇਆ ਨਾ, ਉਹਦੇ ਕੋਲ ਇੱਕ ਗੱਲ ਜ਼ਰੂਰ ਪੁੱਛਣੀ, ਬੱਦਾਸ ਜਦੋਂ ਰਸੂਲullah ਦੀ ਇੱਜ਼ਤ ਦੇ ਨਾਮ ਉਸ ਦਾ ਮਸਲਾ ਆਏ, ਹਜ਼ੂਰ ਦੀ ਖਤਮੇ ਨੂੰ ਉਹ ਦਾ ਮਸਲਾ ਆਏ, ਤੂੰ ਅਸੈਂਬਲੀ 'ਚ ਬੋਲਿਆ ਕਿਉਂ? ਕਿਉਂ ਨਹੀਂ ਤੂੰ ਬੋਲਿਆ? ਅਸੈਂਬਲੀ ਵਿੱਚ ਬੈਠਿਆ ਸੈਂ, ਕਲਮਾ ਤੂੰ ਵੀ ਰਸੂਲullah ਦਾ ਪੜਿਆ, ਵੋਟ ਤੂੰ ਮੁਸਲਮਾਨਾਂ ਦੇ ਲੈ ਕੇ ਅਸੈਂਬਲੀ 'ਚ ਗਿਆ, ਕਿਉਂ ਨਹੀਂ ਅਸੈਂਬਲੀ 'ਚ ਬੋਲਿਆ? ਸਾਰੀ ਜ਼ਿੰਦਗੀ ਨਾ ਮਾਲ ਹੀ ਖਾਣਾ ਹੀ ਨਾ ਮਰਨਾ ਕੋਈ ਨਹੀਂ, ਮੁਸਲਮਾਨਾਂ ਦੇ ਵੋਟ ਲੈ ਕੇ ਅਸੈਂਬਲੀਆਂ 'ਚ ਜਾਂਦੇ ਨੇ, ਉੱਥੇ ਜਾ ਕੇ ਯੋਗੀਆਂ ਨਾਲ ਤੇ ਸਾਈਆਂ ਨਾਲ ਵਫਾਦਾਰੀਆਂ ਕਰਨ ਲੱਗ ਪੈਂਦੇ। 22 ਕਰੋੜ ਮੁਸਲਮਾਨ ਇਸ ਮੁਲਕ 'ਚ, ਇਹ ਸਾਰੇ ਇਹਨਾਂ ਨੂੰ ਭੁੱਲ ਜਾਂਦੇ ਨੇ, ਉਹਦਾ ਜਾ ਕੇ ਨੰਬਰ ਨਹੀਂ ਯਾਦ ਆ ਜਾਂਦਾ। ਇਹ ਜਿਹੜਾ ਹੁਣ ਮੁਲਕ ਦਾ ਵਜ਼ੀਰ ਆਜ਼ਮ ਬਣਿਆ, ਰਿਆਸਤ ਮਦੀਨੇ ਦਾ ਦਾਅਵੇਦਾਰ, ਅੱਜ ਕੇ ਰਸੂਲ ਸਾਹਿਬ, 22 ਕਰੋੜ ਮੁਸਲਮਾਨ ਨੇ ਇਸ ਮੁਲਕ 'ਚ, ਮਸ਼ੀਰ ਰੱਖਦੇ ਨੇ ਮਸ਼ਵਰਾ ਦੇਣ ਵਾਲਾ, 22 ਕਰੋੜ ਬੰਦੇ 'ਚੋਂ ਉਹਨੂੰ ਮਸ਼ੀਰ ਹੀ ਕੋਈ ਨਹੀਂ ਲੱਭਾ ਮੁਸਲਮਾਨ, ਉਹਨੇ ਮਰਦੇ ਹੀ ਰੱਖ ਲਿਆ। ਆਹ ਹਾਲਾਤ ਨੇ ਇਹਨਾਂ ਦੇ, ਦੱਸੋ ਅਸੀਂ ਆਪਣੇ ਦੁਸ਼ਮਣਾਂ ਨਾਲ ਸਾਨੂੰ ਵਾਰਾ ਨਹੀਂ, ਸਾਡੇ ਮਾਂ ਪਿਓ ਨੂੰ ਗਾਲ ਕੱਢੇ ਨਾ ਭੁੱਲੀ ਅੱਲਾ ਲੈ ਕੇ ਆ ਜਾਏ ਨਾ ਬੂਹੇ ਤੇ, ਅਸੀਂ ਉਹਨੂੰ ਮੋੜ ਛੱਡਣੇ? ਨਹੀਂ ਨਹੀਂ, ਮੇਰੇ ਪਿਓ ਦਾ ਗੁਸਤਾਖ ਹੈ, ਇੰਝ ਹੀ ਕਿ ਨਹੀਂ? ਤੇ ਜੇ ਕੋਈ ਐਮ ਪੀ ਐਮ ਦਿੰਦੇ ਤੁਹਾਡੇ ਬੂਹੇ ਤੇ ਆ ਜਾਓ, ਉਹ ਜੀ ਮੁੜਦਾ ਨਹੀਂ, ਉਹ ਜੀ ਫਿਰ ਚੌਧਰੀ ਸਾਹਿਬ ਬੂਹੇ ਤੇ ਆ ਗਏ, ਉਹ ਜੀ ਫਿਰ ਉਹਨੇ ਆ ਕੇ ਬੇਬੁੱਧੂ ਮੇਰੇ ਪਿਓ ਦਾ ਜਨਾਜ਼ਾ ਪੜ ਛੱਡਿਆ, ਉਹ ਜੀ ਹੁਣੇ ਦਾ ਕੀ ਹੱਲ ਹੈ? ਭਾਈ ਇਜ਼ਰਾਈਲ ਹੈ ਜਿਹੜਾ ਮੁੜਦਾ ਨਹੀਂ, ਉਹ ਤੇ ਨਿਰਾ ਇਜ਼ਰਾਈਲ ਪੜਾ ਦੇ ਤੇ ਮੁੜਦਾ ਨਹੀਂ, ਚੌਧਰੀ ਮੁੜ ਜਾਂਦੇ, ਐਮ ਪੀ ਏ ਉਹ ਮੁੜ ਜਾਂਦੇ, ਜਿਸ ਵੇਲੇ ਗੱਲ ਰਸੂਲullah ਦੀ, ਇੱਕੀ ਪਾਸੇ ਇਮਾਨ ਹੈ, ਇੱਕੀ ਪਾਸੇ ਦੁਨੀਆਦਾਰੀ, ਤੁਹਾਡੀ ਮਰਜ਼ੀ ਕਿਹਨੂੰ ਚੁਣਨਾ, ਇੱਕੀ ਪਾਸੇ ਕਬਰ ਹੈ, ਇੱਕੀ ਪਾਸੇ ਬਾੜੀ, ਤੁਹਾਡੀ ਮਰਜ਼ੀ ਕਿਤੇ ਜਾਣਾ, ਇੱਕੀ ਪਾਸੇ ਹਸ਼ਰ ਦਾ ਵੱਡਾ ਦਿਨ ਹੈ ਜਦੋਂ ਕਮੋ ਪੇ 1.25 ਲੱਖ ਨਬੀਆਂ ਦੇ ਬੂਹੇ ਬੰਦ ਹੋ ਜਾਣੇ, ਇੱਕੀ ਪਾਸੇ ਗਟਰ ਹੈ, ਗਟਰ ਬਣਵਾ ਲਓ ਜਾਂ ਆਪਣੇ ਨਬੀ ਦੇ ਬੂਹੇ ਤੇ ਜਾਣਾ, ਤੁਹਾਡੀ ਮਰਜ਼ੀ। ਜੇ ਤੁਹਾਨੂੰ ਸਮਝ ਆ ਗਈ ਹੈ ਤਾਂ ਮੁੜ ਮੈਂ ਤੁਹਾਡੇ ਜਿੰਮੇ ਕੰਮ ਲਾਵਾਂ, ਆ ਗਈ ਸਮਝ? ਕੰਮ ਲਾਵਾਂ ਹੁਣ ਜਿੰਮੇ, ਕੰਮ ਨਿੱਕਾ ਸਾਰੇ ਕੋਈ ਲੰਮਾ ਚੌੜਾ, ਬੱਚੇ ਹੋਣ ਜਾਂ ਬੁੱਢੇ ਹੋਣ, ਮਰਦ ਹੋਵੇ ਔਰਤ ਹੋਵੇ, ਜਿੱਥੇ ਤੁਸੀਂ ਬਾਣਾ ਹੈ, ਜਿੱਥੇ ਤੁਸੀਂ ਖਲੋਣਾ ਹੈ, ਰਸੂਲullah ਦੇ ਦੀਨ ਦੀ ਗੱਲ, ਜਿੱਥੇ ਵੀ ਬਾਣਾ ਹੈ, ਜਿਹਦੇ ਵੀ ਜਾਣਾ ਹੈ, ਜਿਹੜਾ ਵੀ ਕੰਮ ਕਰਨਾ, ਉੱਥੇ ਲੱਗਾ ਹੈ ਕਿ ਯਾ ਰਸੂਲullah ਦੇ ਨਾਲ ਰਹਿਣਾ, ਇਨਸ਼ਾਅੱਲਾ ਇਹ ਹੋ ਜਾਏਗਾ, ਇਨਸ਼ਾਅੱਲਾ। ਕਿਆਮਤ ਵਾਲੇ ਦਿਹਾੜੇ ਕੋਈ ਬੰਦਾ ਬੜਿਆਤ ਦਾ ਜਾ ਕੇ ਹਜ਼ੂਰ ਦੀ ਬਾਰਗਾਹ 'ਚ ਇਹ ਆਖਣ ਜੋਗਾ ਨਾ ਆਵੇ ਕਿ ਯਾ ਰਸੂਲullah ਤੁਹਾਡੇ ਗੁਲਾਮ ਹੀ ਨਹੀਂ ਮੇਰੇ ਕੋਲ ਆਏ, ਮੈਂ ਤੇ ਤੁਹਾਡੇ ਨਾਲ ਟੁੱਟਣ ਨੂੰ ਤਿਆਰ ਹਾਂ, ਉਹ ਨਹੀਂ ਆਖਣ ਲੱਗਾ, ਕੋਈ ਬੰਦਾ ਨਹੀਂ ਛੱਡਣਾ ਬੜਿਆ, ਜੋ ਹਰ ਬੰਦੇ ਨੂੰ ਤੁਸੀਂ ਪੈਗਾਮ ਦੇਣਾ, ਉਹਨੂੰ ਦੱਸਣਾ ਕਿ ਯਾਰ ਇੱਕ ਪਾਸੇ ਦੁਨੀਆਦਾਰੀ ਖੜੀ ਹੈ, ਇੱਕ ਪਾਸੇ ਰਸੂਲullah ਖੜੇ, ਸਮਝ ਆ ਗਈ ਜੀ? ਅੱਲਾਹ ਪਾਕ ਸਾਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪ ਦੇ ਮੁਬਾਰਕ ਨਾਮ ਉੱਤੇ ਆਪਣਾ ਮਾਲ ਜਾਂ ਔਲਾਦ
کاروبار سارا کچھ قربان کرنے دی توفیق عطا فرمائے آمین مٹھے ہی بولے آمین اے جڑا جذبہ ہے اللہ پاک کی خاطر سلامت رکھے آمین اس جذبے تے اللہ پاک سانو موت آمین ہو سار اچ آ کے سارے ہیں ایک بار جتنا زور سارا زور لا کے نعرہ لگا من سبا نبی